ਤਜਿੱਦੇ ਰਾਤ ਨੂੰ ਸ਼ੁਰੂ ਹੁੰਦੀ ਹੈ ਤਾਂ ਮਨ ਦੇ ਵਿੱਚ ਇਹ ਖਿਆਲ ਆਨਾ ਹੈ ਕਿ ਅੱਜ ਰਾਤ ਨੂੰ ਡਿਨਰ ਦੇ ਵਿੱਚ ਕੀ ਬਣਾਇਆ ਜਾਵੇ ਤਾਂ ਕਿਉਂਕਿ ਡਿਨਰ ਦੇ ਵਿੱਚ ਬਣਾਉਣ ਵਾਸਤੇ ਸਬਜ਼ੀਆਂ ਸਭ ਤੋਂ ਵੱਲਾ ਇਹ ਹੀ ਹੁੰਦਾ ਹੈ ਕਿ ਸਬਜ਼ੀ ਕੀ ਬਣਾਈਏ ਤਾਂ ਜਿਹੜੀ ਸਬਜ਼ੀ ਬਣਾਈਏ ਉਹ ਈਜ਼ੀਲੀ ਬਣ ਵੀ ਜਾਵੇ ਤਾਂ ਮੇਰੇ ਕੋਲ ਪਨੀਰ ਪਿਆ ਸੀ ਤੇ ਕੁਝ ਮੇਰੇ ਤੋਂ ਉਬਲੇ ਹੋਏ ਆਲੂ ਪਏ ਸੀ ਤਾਂ ਮੈਂ ਸੋਚਿਆ ਇਹਦੇ ਕੋਈ ਜੁਗਾੜ ਕਰਕੇ ਇੱਕ ਨਵੀਂ ਰੈਸਪੀ ਤਿਆਰ ਕਰ ਦਿਆਂ ਤਾਂ ਹੀ ਆ एवरीवन ਵੈਲਕਮ ਬੈਕ ਇਕਵਲ ਫੇਟ ਟੂ ਹਾਜ਼ਿਰ ਇਕ ਨਵੀਂ ਰੈਸਪੀ ਦੇ ਨਾਲ ਤਾਂ ਸਭ ਤੋਂ ਪਹਿਲਾਂ ਮੈਂ ਇੱਥੇ ਪਿਆਜ਼ ਤੇ ਲਸਣ ਮਿਰਚਾਂ ਟਮਾਟਰ ਨੂੰ ਸੌਤੇ ਕਰ ਲਿਆ ਉਹਦੇ ਵਿੱਚ ਮੈਂ ਪਾਇਆ ਚਾਰ ਤੋਂ ਪੰਜ ਕੈਸ਼ੂ ਯਾਨੀ ਕਿ ਕਾਜੂ ਇਹਨੋਂ ਅਸੀਂ ਜਸਟ ਸੌਤੇ ਕਰਾਂਗੇ ਉਹਦੇ ਵਿੱਚ ਮੈਂ ਪਾਇਆ ਨਮਕ ਹਲਦੀ ਤਾਂ ਉਸ ਤੋਂ ਬਾਅਦ ਮੈਂ ਪਾਇਆ ਗਰਮ ਮਸਾਲਾ ਲਾਲ ਮਿਰਚ ਪਾਊਡਰ ਤਾਂ ਇਹਨੋਂ ਅਸੀਂ 2 ਤੋਂ 3 ਮਿੰਟ ਵਾਸਤੇ ਸੌਤੇ ਕਰਨ ਤੋਂ ਬਾਅਦ ਇਹਨੂੰ ਅਸੀਂ ਕੱਢ ਲਾਂਗੇ ਇੱਕ ਪਲੇਟ ਦੇ ਵਿੱਚ ਪਲੇਟ ਦੇ ਵਿੱਚ ਕੱਢ ਕੇ ਇਹਨੂੰ ਪ੍ਰੋਪਰ ਠੰਡਾ ਕਰ ਲਾਂਗੇ ਕਿਉਂਕਿ ਠੰਡਾ ਕਰਨ ਤੋਂ ਬਾਅਦ ਹੀ ਅਸੀਂ ਇਹਨੂੰ ਗਰਾਉਂਡ ਕਰਨਾ ਹੈ ਤਾਂ ਅਗਰ ਤੁਸੀਂ ਇਹਨੂੰ ਗਰਮ-ਗਰਮ ਗ੍ਰाइंड ਕਰ ਦੋ ਤਾਂ ਛਿੱਟੇ ਤੁਹਾਡੇ ਉੱਤੇ ਵੀ ਆ ਸਕਦੇ ਇਸ ਕਰਕੇ ਇਹਨੂੰ ਠੰਡਾ ਕਰਕੇ ਹੀ ਗ੍ਰाइंड ਕਰੋ ਤਾਂ ਮੈਂ ਲੈ ਰਹੀ ਹਾਂ ਇੱਥੇ ਮਿਕਸੀ ਜਾਰ ਉਹਦੇ ਵਿੱਚ ਮੈਂ ਪਾਲਕ ਕਰ ਲਿਆ ਇਹਨੂੰ ਗ੍ਰाइंड ਤਾਂ ਉਸੇ ਪੈਨ ਦੇ ਵਿੱਚ ਮੈਂ ਇਹਨੂੰ ਦੁਬਾਰਾ ਕੁਕ ਕਰਨ ਵਾਸਤੇ ਪਾ ਦਿੱਤਾ ਹੈ ਤਾਂ ਥੋੜਾ ਜਿਹਾ ਮੈਂ ਪਾਇਆ ਇਹਦੇ ਵਿੱਚ ਪਾਣੀ ਤਾਂ ਉਸ ਤੋਂ ਬਾਅਦ ਜਦੋਂ ਮੈਂ 10 ਪੁੰਦਾ ਮਿੰਟ ਬਾਅਦ ਇਹਨੂੰ ਚੰਗੀ ਤਰ੍ਹਾਂ ਕੁਕ ਕਰ ਲਿਆ ਸੀ ਫਿਰ ਮੈਂ ਪਾਇਆ ਜਿਉਂ ਤੇ ਪੁਨੀ ਹੋਈ ਕਸਤੂਰੀ ਮੇਥੀ ਤੇ ਫਰੈਸ਼ ਕਰੀਮ ਤਹੂਨੇ ਇਸ ਦੇ ਵਿੱਚ ਪਾਨ ਵਸਤੇ ਬਣਾਵਾਂਗੇ ਕੋਫਤੇ ਕੋਫਤੇ ਵਸਤੇ ਮੈਂ ਇੱਥੇ ਬੋਇਲ ਆਲੂ ਤੇ ਪਨੀਰ ਨੂੰ ਮੈਸ਼ ਕਰ ਲੈ ਉਹਦੇ ਵਿੱਚ ਮੈਂ ਪਾਈਆਂ ਹਰੀਆਂ ਮਿਰਚਾਂ ਤਨੀਆਂ ਥੋੜਾ ਜਿਹਾ ਪਾਇਆ ਮੈਂ ਕਾਰਨਫਲੋਰ ਤਾਂ ਇਹਦੀ ਅਸੀਂ ਇਸ ਤਰ੍ਹਾਂ ਬੋਲਸ ਬਣਾ ਕੇ ਤਿਆਰ ਕਰ ਲੈਣੀ ਹੈ ਤਾਂ ਇਹਨੂੰ ਅਸੀਂ ਗਰਮਾ ਗਰਮ ਤੇਲ ਦੇ ਵਿੱਚ ਪਾ ਦੇਣਾ ਹੈ ਤਾਂ ਫਲੇਮ ਕਰ ਦੇ ਨੇ ਇਕਦਮ ਸਲੋ ਤਾਂ ਇਹਨੂੰ ਅਸੀਂ ਪ੍ਰੋਪਰ ਟਾਈਮ ਦੇ ਕੇ ਕੁਕ ਕਰਨਾ ਹੈ ਤਾਂ ਜਦੋਂ ਇਹਦਾ ਸੁਨਹਿਰਾ 골ਡਨ ਕਲਰ ਆ ਜਾਏਗਾ ਤੇ ਇਹਨੂੰ ਅਸੀਂ ਘਰ ਲਾਂਗੇ ਰੀਮੂਵ ਤੇ ਇਹਨੂੰ ਅਸੀਂ ਗਰਮ-ਗਰਮ ਕਰਾਂਗੇ ਸੋ ਤਾਂ ਇਨੀ ਜਿਆਦਾ ਯਮਮੀ ਸੀ ਇਨੀ ਜਿਆਦਾ ਯਮਮੀ ਸੀ ਕਿ ਮੈਂ ਕੁਝ ਕਹਿ ਨਹੀਂ ਸਕਦੀ ਬਸ ਮੈਂ ਤੁਹਾਨੂੰ ਇਹ ਹੀ ਕਹਿ ਸਕਦੀ ਹਾਂ ਕਿ ਬਣਾਓ ਤੇ ਖਾਓ ਤੇ ਕਮੈਂਟ ਕਰਕੇ ਦੱਸਿਓ ਰੈਸਪੀ ਕਿੱਦਾਂ ਦੀ ਲੱਗੀ ਤਾਂ ਗਾਰਨਿਸ਼ ਵਾਸਤੇ ਮੈਂ ਇੱਥੇ ਪਾਇਆ ਫਿਰ ਤੋਂ ਕਸਤੂਰੀ ਮੀਠੀ ਤੇ ਫਰੈਸ਼ ਕਰੀਮ ਤਨੀਆ ਤਨੀਆ ਪਾ ਸਕਦੇ ਹੋ ਮਿਲਾਂਗੇ ਨਵੀਂ ਰੈਸਪੀ ਦੇ ਨਾਲ ਤਾਂ ਤੱਕ ਲਈ ਬਾਏ